ਗੁਰਮੁਖ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਮੇਰਾ ਕਰਨ ਗੁਰਮਖੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਪੰਜਾਬ ਦੇ ਹਾਲਾਤ ਕਿਸ ਕਦਰ ਬਣੇ ਹੋਏ ਨੇ ਸੋ ਬੇਨਤੀ ਆਪਾਂ ਕੁਝ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਮੇਰਾ ਕਰਨ ਸਾਰੇ ਜਣੇ ਫਤਿਹ ਬਲਾਓ ਆਰੰਭਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਸੰਦੀਪ ਸਣੀ ਸੰਦੀਪ ਸਿੰਘ ਜਿਸ ਨੇ ਸੂਰੀਦਾਸ ਸੋਧਾ ਲਾਇਆ ਵਾ ਉਹ ਨੌਜਵਾਨ ਜਿਸ ਨੇ ਸੂਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨੇ ਸਿੱਖਾਂ ਦੇ ਖਿਲਾਫ ਬੋਲ ਬੋਲੇ ਜਿਸ ਨੇ ਸਿੱਖਾਂ ਨੂੰ ਮਾੜਾ ਕਿਹਾ ਜਿਸ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬਹੁਤ ਮਾੜੇ ਮਾੜੇ ਸ਼ਬਦ ਬੋਲੇ ਆ ਤੇ ਗੁਰਮਖੋ ਵੱਖੋ ਵਖਰੀਆਂ ਵਿਚਾਰ ਧਰਾਵਾਂ ਉੱਠਦੀਆਂ ਨੇ ਵੱਖੋ ਵਖਰੀਆਂ ਗੱਲਾਂ ਬਾਤਾਂ ਇਥੇ ਜਨਮ ਲੈਂਦੀਆਂ ਨੇ ਸੋ ਮੈਂ ਕੁਝ ਕੋ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮਖੋਜ ਜਿਸ ਤਰ੍ਹਾਂ ਸੰਦੀਪ ਸਣੀ ਦੇ ਬਾਰੇ ਤੇ ਹਰ ਕੋਈ ਜਾਣਦਾ ਹੀ ਹੈ ਲਗਭਗ ਜੋ ਜੋ ਜਾਣਕਾਰੀ ਜਿਹਦੇ ਤੱਕ ਪਹੁੰਚੀ ਹੈ ਕੋਈ ਕਹਿੰਦਾ ਜੀ ਸੰਦੀਪ ਸਣੀ ਕਹੋ ਜਾ ਸੀ ਕੋਈ ਕਹਿੰਦਾ ਕੁਝ ਤਰ੍ਹਾਂ ਦਾ ਸੀ ਭਾਈ ਅਲੱਗ-ਅਲੱਗ ਤਰ੍ਹਾਂ ਦੀਆਂ ਵਿਚਾਰਾਂ ਨੇ ਪਰ ਅਸਲੀ ਵਿਚਾਰ ਧਾਰਾ ਕੀ ਹੈ ਜਿਹੜੇ ਲੋਕ ਸਿੱਖੀ ਦੇ ਐਂਟੀ ਨੇ ਸਿੱਖਾਂ ਦੇ ਵਿਰੋਧੀ ਨੇ ਜਿਹੜੇ ਲੋਕਾਂ ਨੇ ਸਿੱਖਾਂ ਦਾ ਹਜੇ ਤੱਕ ਸਿਰਫ ਇੱਕੋ ਰੂਪ ਵੇਖਿਆ ਵਾ ਹਜੇ ਤੱਕ ਸਿੱਖਾਂ ਦਾ ਇੱਕੋ ਦਿਵਾਨਾ ਅਕਸ਼ ਵੇਖਿਆ ਵਾ ਗੁਰਮੁਖੋ ਉਹਦੇ ਮੁਤਾਬਕ ਮੈਂ ਇੱਕ ਬੇਨਤੀ ਕਰਾਂਗਾ ਕਿ ਸਿੱਖਾਂ ਨੂੰ ਸਿਰਫ ਲੰਗਰ ਲਾਉਣ ਵਾਲੇ ਹੀ ਸਮਝਿਆ ਜਾਂਦਾ ਹੈ ਸਿੱਖਾਂ ਨੂੰ ਸਿਰਫ ਲੰਗਰ ਖਵਾਉਣ ਵਾਲੇ ਹੀ ਸਮਝਿਆ ਜਾਂਦਾ ਹੈ ਸਿੱਖ ਜੇ ਤਾਂ ਸੜਕਾਂ ਤੇ ਲੰਗਰ ਲਾਉਂਦੇ ਨੇ ਤੇ ਚੰਗੇ ਨੇ ਜੇ ਸਿੱਖ ਆਪਣਾ ਹੱਕ ਮੰਗਦੇ ਨੇ ਤੇ ਫਿਰ ਬੁਰੇ ਲੱਗਦੇ ਨੇ ਫਰਕ ਤਾਂ ਇੰਨਾ ਕੁ ਆ ਗੁਰਮਖੋ ਜੇ ਸਿੱਖ ਸੜਕਾਂ ਤੇ ਖੜ ਕੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਨੂੰ ਸਾਡਾ ਹੱਕ ਦਿਓ ਫਿਰ ਬੁਰੇ ਲੱਗਦੇ ਨੇ ਜੇ ਸਿੱਖਾਂ ਤੋਂ ਕੋਈ ਮਾੜੀ ਮੋਟੀ ਗਲਤੀ ਹੋ ਜੇ ਨਾ ਤੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਇਹ ਦੇਸ਼ ਤੁਹਾਡਾ ਨਹੀਂ ਹੈ ਇਹ ਦੇਸ਼ ਦੇਸ਼ ਵਾਲਿਆਂ ਦਾ ਹੈ ਇਹ ਦੇਸ਼ ਸਾਡਾ ਆ ਇਹ ਦੇਸ਼ ਤੁਹਾਡਾ ਨਹੀਂ ਹੈ ਗੁਰਮਖੋ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਸੋ ਮੇਰੀ ਇੱਕ ਬੇਨਤੀ ਨੂੰ ਸਮਝ ਲਿਓ ਗੁਰਮਖੋ ਕਈ ਵਾਰ ਆਪਾਂ ਅਰਜ਼ ਕੀਤੀ ਹੈ। ਕਈ ਵਾਰ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਪਿਆਰਿਓ ਕਿ ਜਦੋਂ ਵੀ ਕਿਤੇ ਨਾ ਕਿਤੇ ਕੋਈ ਗੱਲ ਹੁੰਦੀ ਹੈ ਤੇ ਸਿੱਖਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਆ? ਸਿੱਖਾਂ ਦਾ ਨਾਮ ਹੀ ਕਿਉਂ ਵਿਚ ਰੱਖਿਆ ਜਾਂਦਾ ਹੈ? ਗੁਰਮਖੋ ਇਸ ਕਰਕੇ ਕਿਉਂਕਿ ਜਦੋਂ ਤੱਕ ਦੇਸ਼ ਦੀ ਸਰਕਾਰ ਹਿੰਦੂ ਰਾਸ਼ਟਰਵਾਦ ਪੈਦਾ ਕਰਨ ਵੱਲ ਧਿਆਨ ਦਿੰਦੀ ਰਹੇਗੀ ਉਹਨਾਂ ਚ ਸਿੱਖਾਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਘਾਣ ਇੱਥੇ ਹੁੰਦਾ ਹੀ ਰਹੇਗਾ ਇਹ ਗੱਲ ਯਾਦ ਰੱਖਿਓ ਸੋ ਮੈਂ ਬੇਨਤੀ ਕਰਾਂਗਾ ਗੁਰਮਖੋ ਅੱਜ ਜੇ ਤਾਂ ਸਿੱਖ ਹਥਿਆਰ ਲੈ ਕੇ ਘੁੰਮਦੇ ਨੇ ਤਾਂ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਜੇ ਮੁਸਲਮਾਨ ਭਰਾ ਤੁਰਦੇ ਨੇ ਕਹਿੰਦੇ ਜੀ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਹਿੰਦੂ ਨੇਤਾਵਾਂ ਨਾਲ ਕਿੱਡੀ ਵੱਡੀ ਸਿਕਿਉਰਿਟੀ ਹੈ ਉਹਨਾਂ ਨਾਲ ਹਥਿਆਰ ਨਹੀਂ ਹੈਗੇ ਉਹ ਗਨ ਉਹ ਗਨ ਕਲਚਰ ਦੇ ਖਿਲਾਫ ਨਹੀਂ ਹੈਗਾ ਤੇ ਮੰਦਰਾਂ ਦੇ ਵਿੱਚ ਜੇਕਰ ਭਗਵਾਨ ਦੀ ਮੂਰਤੀ ਦੇ ਮੂਰੇ ਤਰਸ਼ੂਲ ਹੈ ਕੀ ਉਹ ਹਥਿਆਰ ਨਹੀਂ ਹੈਗਾ ਕਹਿੰਦੇ ਜੀ ਗੁਰਦੁਆਰਿਆਂ ਵਿੱਚ ਬੰਦੂਕਾਂ ਲੈ ਕੇ ਜਾਂਦੇ ਨੇ ਉਹ ਕਦੇ ਦੌਰ ਸੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਬੰਦੂਕਾਂ ਦਾ ਚੜਾਵਾ ਚੜਦਾ ਸੀ ਘੋੜਿਆਂ ਦਾ ਚੜਾਵਾ ਚੜਦਾ ਸੀ ਗੁਰਮਖੋ ਤੇ ਜੇ ਗੁਰੂ ਘਰਾਂ ਦੇ ਵਿੱਚ ਇਹ ਪੂਜਾ ਪਾਠ ਦੇ ਸਾਧਨ ਹੀ ਹੁੰਦੇ ਗੁਰਮਖੋ ਫਿਰ 6ਵੇਂ ਪਾਤਸ਼ਾਹ ਐਦਾਂ ਕਿਉਂ ਕਰ ਦੇ ਜੇ ਕਿਤੇ ਗੁਰੂ ਸਹਿਬਾਨ ਬਾਣੀ ਪੜਨ ਵਾਲੇ ਜਾਂ ਬਾਣੀ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਜੇ ਸਿੱਖੀ ਦਾ ਇਕੱਲਾ ਪ੍ਰਚਾਰ ਕਰਦੇ ਰਹਿੰਦੇ ਤੇ ਕਿੰਨੀਆਂ ਜੰਗਾਂ ਲੜੀਆਂ ਤੇ ਗੁਰਮਖੋ ਕਦੇ ਵੀ ਜਿੱਤ ਨਾ ਪਾਉਂਦੇ ਕਦੇ ਜਵਾਬ ਦਿਓ ਜੀ ਮੈਨੂੰ ਇਸ ਗੱਲ ਦਾ ਗੁਰਮਖੋ ਕਿਉਂ ਸਾਡੇ ਤੇ ਵਾਰ-ਵਾਰ ਹਮਲਾ ਹੁੰਦਾ ਹੈ ਜੇ ਸਿੱਖ ਗਲਤੀ ਕਰ ਦਿੰਦੇ ਨੇ ਉਹਨੂੰ ਦੇਸ਼ ਦਾ মিডিਆ ਵੀ ਹਾਈਲਾਈਟ ਕਰਦਾ ਹੈ ਦੇਖੋ ਇੱਕ ਬੇਨਤੀ ਕਰਾਂਗਾ ਜਦੋਂ ਲੋਕਡਾਊਨ ਦੇ ਵਿੱਚ ਤਕਰੀਬਨ 2.5 ਸਾਲ ਦਾ ਸਮਾਂ ਹੋ ਗਿਆ ਜਦੋਂ ਹਰਜੀਤ ਸਿੰਘ ਦਾ ਗੁੱਟ ਵਧਿਆ ਗਿਆ ਸੀ ਪਟਿਆਲੇ ਸਨੌਰ ਸਬਜ਼ੀ ਮੰਡੀ ਦੇ ਵਿੱਚ ਉਸ ਵੇਲੇ ਪੂਰੇ ਦੇਸ਼ ਨੇ ਨਿਹੰਗ ਸਿੰਘਾਂ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਹੈ ਕੁਰਕੀ ਕੀਤੀ ਮੀਡੀਆ ਨੇ ਖਾਸ ਕਰਕੇ ਉਹਨਾਂ ਦੇ ਵਿੱਚ ਬਦਨਾਮੀ ਦਾ ਅਹਿਮ ਰੋਲ ਨਿਭਾਇਆ ਤੇ ਜਦੋਂ ਜਲੰਧਰ ਦੇ ਵਿੱਚ ਇੱਕ ਨੌਜਵਾਨ ਮੁੰਡੇ ਨੇ ਪੁਲਿਸ ਵਾਲੇ ਦੇ ਵਿੱਚ ਗੱਡੀ ਮਾਰੀ ਤੇ ਉਦੋਂ ਤੰਗਵਾ ਪੈ ਗਿਆ ਪੂਰੇ মিডিਏ ਨੂੰ ਉਦੋਂ ਨਹੀਂ ਕੋਈ ਬੋਲਿਆ ਉਦੋਂ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਬਹੁਤ ਮਾੜਾ ਹੋਇਆ ਪੁਲਿਸ ਵਾਲੇ ਦੀ ਪੱਗ ਲੈ ਗਈ ਪੁਲਿਸ ਵਾਲੇ ਦੇ ਵਿੱਚ ਗੱਡੀ ਮਾਰੀ ਭਜਾ ਕੇ ਤੇ ਕਿਸ ਤਰ੍ਹਾਂ ਉਹ ਕਾਂਡ ਵਾਪਰਿਆ ਸੀ ਕੋਈ ਨਹੀਂ ਬੋਲਿਆ ਉਸ ਚੀਜ਼ ਨੂੰ ਹਾਈਲਾਈਟ ਨਹੀਂ ਕੀਤਾ ਗਿਆ ਕਿਉਂ ਕਿਉਂਕਿ ਉਹ ਇੱਕ ਹਿੰਦੂ ਨੇ ਕੀਤਾ ਸੀ ਹਿੰਦੂ ਵੀਰ ਨੇ ਕੀਤਾ ਸੀ ਤੇ ਇਹ ਇੱਕ ਸਿੱਖ ਨੇ ਕੀਤਾ ਸੀ ਫਰਕ ਤਾਂ ਇਹ ਆ ਗੁਰਮਖੋ ਮੈਂ ਬੇਨਤੀ ਕਰੂੰਗਾ ਸਾਡੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਭਾਈ ਸੰਦੀਪ ਸਿੰਘ ਨੇ ਸੂਰੀ ਨੂੰ ਮਾਰਿਆ ਤੇ ਲੀਡਰਾਂ ਨੂੰ ਵੀ ਕੰਪਨੀਆਂ ਛਿੜਗੀਆਂ ਲੀਡਰਾਂ ਨੇ ਵੀ ਬਿਆਨ ਦਿੱਤੇ ਬਹੁਤ ਮਾੜਾ ਹੋਇਆ ਜੀ ਬਹੁਤ ਮਾੜਾ ਹੋ ਗਿਆ ਜੀ ਇਹ ਤਾਂ ਚੰਗਾ ਨਹੀਂ ਹੋਇਆ ਇਹ ਠੀਕ ਨਹੀਂ ਹੋਇਆ ਜੀ ਕਾਨੂੰਨ ਕਾਰਵਾਈ ਕਰੇ ਜੀ ਪੰਥ ਜਿਹੜਾ ਇਹਨਾਂ ਲੋਕਾਂ ਨੂੰ ਸਖਤੀ ਕਰੇ ਜੀ ਐ ਕਰੇ ਫਲਾਣਾ ਕਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਗੀਆਂ ਬਹੁਤ ਸਾਰੀਆਂ ਵਿਚਾਰਾ ਕੀਤੀਆਂ ਗੀਆਂ ਗੁਰਮਖੋ ਮੈਂ ਕਈ ਵਾਰੀ ਅਰਜ਼ ਕੀਤੀ ਹੈ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਪਿਆਰਿਓ ਆਖਰ ਦੇ ਵਿੱਚ ਸਮਝ ਲਿਓ ਇਹਨਾਂ ਵਿਚਾਰਾਂ ਨੂੰ ਵਿਚਾਰ ਲਿਓ ਤੇ ਕਈ ਵਾਰ ਮੈਂ ਅਰਜ਼ ਕੀਤੀ ਹੈ ਗੁਰਮਖੋ ਕਿ ਸਾਨੂੰ ਕੱਲੀ-ਕੱਲੀ ਗੱਲ ਸਮਝਣੀ ਪਵੇਗੀ ਜੇ ਅਸੀਂ ਪਿਸਤੌਲ ਰੱਖਦੇ ਹਾਂ ਬੰਦੂਕ ਰੱਖਦੇ ਹਾਂ ਲਾਇਸੈਂਸੀ ਹਥਿਆਰ ਹੈ ਤਾਂ ਇਹਦੇ ਵਿੱਚ ਮਾੜਾ ਕੀ ਹੈ ਸਾਡੀ ਸੇਫਟੀ ਲਈ ਹੈ ਜਦੋਂ ਸਾਡੇ ਤੇ ਭੀੜ ਪਏਗੀ ਅਸੀਂ ਵਰਤ ਸਕਦੇ ਹਾਂ ਨਮਾਇਸ਼ ਕਰਨੀ ਮਾੜੀ ਗੱਲ ਹੈ ਕਿ ਵੀਡੀਓ ਬਣਾਤੀ ਜੀ ਕਦੇ ਕੋਸ਼ ਕਰਦਾ ਜੀ ਕਦੇ ਕੋਸ਼ ਕਰਤਾ ਕਦੇ ਫਾਇਰ ਕਰਕੇ ਦਿਖਾਤਾ ਜੀ ਇਹ ਗੱਲਾਂ ਮਾੜੀਆਂ ਨੇ ਸਾਡੇ ਲੋਕ ਕਰਦੇ ਵੀ ਬਹੁਤ ਹੈ ਚਲੋ ਗਨ ਕਲਚਰ ਦੀ ਆਪਾਂ ਜਿਹੜੀ ਹੈ ਸਹਾਇਤ ਜਿਹੜੀ ਹੈ ਬਿਲਕੁਲ ਮੰਨਦੇ ਆ ਮਾਨਤਾ ਕਰਦੇ ਆ ਸਵਾਗਤ ਕਰਦੇ ਆ ਇਸ ਫੈਸਲੇ ਦਾ ਪਰ ਜਿਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਆ ਉਹਨਾਂ ਨੂੰ ਗਨ ਕਲਚਰ ਚੱਕਣਾ ਹੀ ਪਏਗਾ ਮੰਨਣਾ ਪਏਗਾ ਉਹਨਾਂ ਨੂੰ ਗਨ ਕਲਚਰ ਦੇ ਨਾਲ ਤੁਰਨਾ ਵੀ ਪਊਗਾ ਤੇ ਆਪਣੀ ਸੇਫਟੀ ਵੱਲ ਵੀ ਧਿਆਨ ਰੱਖਣਾ ਪਊਗਾ ਭਾਈ ਸੰਦੀਪ ਸਿੰਘ ਸਣੀ ਨੇ ਜੇਕਰ ਪਿਸਤੌਲ ਲਿਆ ਸੀ ਪਿਸਤੌਲ ਰੱਖਿਆ ਕੋਲੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਸੀ ਆਪਣੀ ਸੇਫਟੀ ਕਾ ਦੇ ਲਈ ਸੀ ਸੇਵ ਸੈਨਾ ਵਾਲੇ ਪਹਿਲਾਂ ਧਮਕੀਆਂ ਦੰਦੇ ਉਹਦੀ ਦੁਕਾਨ ਨੂੰ ਵੀ ਅੱਗ ਲਾਉਣ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਧਮਕੀਆਂ ਦੰਦੇ ਸੀ ਉਹਦੇ ਪਰਿਵਾਰ ਨੂੰ ਮਾਰਨ ਦੀਆਂ ਗੱਲਾਂ ਕਰਦੇ ਸੀ ਉਹਦੀਆਂ ਧੀਆਂ ਭੈਣਾਂ ਤੱਕ ਦੀਆਂ ਗਾਲ੍ਹਾਂ ਉਹਨੂੰ ਦਿੰਦੇ ਰਹੇ ਸੀ ਜਿਉਂਨੇ ਲਾਇਸੈਂਸ ਲੈ ਲਿਆ ਤੇ ਕੋਈ ਮਾਰਾ ਤਾਂ ਨਹੀਂ ਕੀਤਾ ਆਤਮ ਆਤਮ ਰੱਖਿਆ ਵਾਸਤੇ ਲਿਆ ਕੱਲੂ ਜੇ ਤੇ ਕੋਈ ਹਮਲਾ ਕਰ ਦਿੰਦਾ ਫੇਰ ਫੇਰ ਨਹੀਂ ਸੀ ਕਿਸੇ ਨੇ ਬੋਲਣਾ ਗੁਰਮਖੋ ਬਡੀਆਂ ਚਾਲਾਂ ਨੇ ਬਹੁਤ ਵੱਡੀਆਂ ਚਾਲਾਂ ਨੇ ਸਾਨੂੰ ਸਮਝ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਬਾਰੇ ਜਦੋਂ ਸਿੰਘੂ ਬਾਰਡਰ ਤੇ ਬੰਦੇ ਭੇਜੇ ਜਾਂਦੇ ਨੇ ਯਾਦ ਰੱਖਿਓ ਜੇ ਤਾਂ ਸਿੱਖਾਂ ਕੋਲੋਂ ਬੰਦਾ ਵਾਪਸ ਮੋੜਾਉਂਦਾ ਤਾਂ ਵੀ ਇਹਨਾਂ ਨੇ ਬੇਇੱਜ਼ਤੀ ਕਰਨੀ ਸੀ ਲਓ ਜੀ ਸਿੱਖਾਂ ਕੋਲੋਂ ਬੰਦਾ ਵਾਪਸ ਮੋੜਾਇਆ ਜੀ ਬੇਅਦਵੀ ਕਰਕੇ ਲਓ ਜੀ ਇਹ ਤਾਂ ਬਾਣੇ ਪਾ ਕੇ ਰਹਿ ਗਈ ਜੀ ਇਹਨਾਂ ਨੇ ਤਾਂ ਕਰਪਾਨਾਂ ਚੱਕੀਆਂ ਚਕਈਆਂ ਰਹਿ ਗਈਆਂ ਜੀ ਇਹਨਾਂ ਨੇ ਐਦਾਂ ਬੇਇੱਜ਼ਤੀ ਕਰਨੀ ਜੇ ਵੱਡਤਾ ਕਹਿੰਦੇ ਹਾਂ ਹਾਂ ਜੀ ਇਹਨਾਂ ਨੇ ਬੰਦਾ ਵੱਡਤਾ ਜਿਹੜਾ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਉ ਤੇ ਅਸੀਂ ਉਹਨੂੰ ਬਖਸ਼ਾਂਗੇ ਥੋੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਦੋਂ ਕੋਈ ਵਿਅਕਤੀ ਬੇਅਦਵੀ ਕਰਨ ਗਿਆ ਪਿਛਲੇ ਸਾਲ ਦਸੰਬਰ ਦੇ ਵਿੱਚ ਤੇ ਗੁਰਮਖੋ ਸੰਗਤਾਂ ਨੇ ਕੁੱਟ-ਕੁੱਟ ਕੇ ਮਾਰਤਾ ਕੀ ਉਹਦੇ ਵਿੱਚ ਮਾਰਾ ਕੀਤਾ ਮੈਂ ਕਹਿੰਦਾ ਬਿਲਕੁਲ ਸਹੀ ਕੀਤਾ ਜੇ ਉੱਥੇ ਸਿੱਖਾਂ ਦੇ ਦਿਲ ਦੇ ਵਿੱਚ ਸਿਰਮੌਰ ਸੰਸਥਾ ਦੇ ਵਿੱਚ ਜੇਕਰ ਬੇਅਦਵੀ ਹੋ ਜਾਂਦੀ ਜੇਕਰ ਉਹ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਤ ਤੱਕ ਮਾਰ ਦਿੰਦਾ ਮੈਂ ਕਹਿੰਦਾ ਮਰਨ ਹੋ ਜਾਣਾ ਸੀ ਸਾਰੀ ਕੌਮ ਦਾ ਗੁਰਮਖੋ ਫਿਰ ਸਾਡੇ ਹਥਿਆਰ ਪਾਉਣ ਦਾ ਫਾਇਦਾ ਕੀ ਹੈ ਸਾਡੇ ਸ਼ਸਤਰ ਰੱਖਿਆਂ ਦਾ ਫਾਇਦਾ ਕੀ ਹੈ ਪਾਤਸ਼ਾਹ ਕਹਿੰਦੇ ਨੇ ਬਿਨਾਂ ਕੇਸ ਦੇ ਗੰ ਨਰਨ ਭੇਡ ਜਾਨੋ ਫਿਰ ਸਾਡਾ ਫਾਇਦਾ ਕੀ ਆ ਜੇ ਅਸੀਂ ਇਹਨਾ ਕੁਛ ਕੀਤਾ ਗੁਰਮਖੋ ਪਹਿਲਾ ਕਿਸੇ ਨੂੰ ਕੁਝ ਕਹਿਣਾ ਨਹੀਂ ਸਹਰਾਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਦਰ ਆਏ ਨੂੰ ਤੇਗ ਪੱਕੀ ਬਸ ਇਹ ਸਿਧਾਂਤ ਨੇ ਗੁਰੂ ਸਾਹਿਬ ਨੇ ਜੋ ਸਾਨੂੰ ਦਿੱਤੇ ਨੇ ਗੁਰਮਖੋ ਆਤਮ ਸੁਰੱਖਿਆ ਕਰੋ ਦੂਜੇ ਦੀ ਰੱਖਿਆ ਕਰੋ ਪਰ ਕਿਸੇ ਦੇ ਜ਼ੁਲਮ ਨਾ ਕਰੋ ਜ਼ੁਲਮ ਸਹਾਰੋ ਵੀ ਨਾ ਇਹੋ ਜਾ ਪਰਪਖਤਾ ਬਣਾ ਕੇ ਰੱਖੋ ਗੁਰਮਖੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ